अज भारतीय किसान यूनियन एकता उग्राहां वालों शहीद भगत सिंह राजगुरु ते सुखदेव दा शहीदी दिहाड़ा वड्डे पद्धर ते मनाया गया। इस समागम विच वध चढ़ के लोगों ने हिस्सा लिया। इस मौके आगुआ ने गल करदिया कहा कि पंजाब विच सुरक्षा कंपनियों नू लिया के दहशत का माहौल बनाया जा रहा है, उन्हां नू जल्द तो जल्द वापस भेज देना चाहिए है। अजीत पंजाबी दी ऑथेंटिक खबरां दे लई सबसक्राइब करो अजीत वैब टीवी अते ताज़ी खबरां दी नोटिफिकेशन पाउण दे लई बैल आइकन ते क्लिक करो। किसान यूनियन एकता उग्राहां वल्लों जिथे सारे पंजाब दे विच कौमी मुक्ति लहर दे शहीद भगत सिंह राजगुरु सुखदेव उन्हां दा दिन मना रहा, जिला संगरूर दे वल्लों जणी लौंगोवाल दी दाणा मंडी दे विच हज़ारां लोक आ हज़ारां दी गिणती साडियां मामा भैणां किसान मजदूर इत्थे पहुंचे ने, क्योंकि शहीद भगत सिंह का दिन वह हाकम जमाती पार्टियां भी मनाउंदियां ने, ते ओह केड़ियां नीतियां ते चलदा सी भगत सिंह, वह कौमी मुक्ति की गल करदा सी। इस करके असी यह गल करते हैं कि जिहड़ी गल इत्थों दी नवीं बनी सरकार भी कह के आई आ कि असी भगत सिंह दे सुपनिया का राज लैके आवांगे, असी मंग करदे हां कि जिहड़ी नवीं खेती नीति बनाई आ उहदा असी खरड़ा भी दित्ता सरकार नूं कि सरकार इत्थों कुल संद साधना की वंड करे, इत्थे जमीन की काणी वंड दूर करे, इत्थे किसानां ते चढ़े सारे करजे खत्म करे, इत्थे सूदखोरी सिस्टम खत्म करे। इस करके इहदे नाल कुल लोकां दी मुक्ति आ जिहड़ी होणी आ। अज असी पूरी ਜਿਲ੍ਹਾ ਲੌਂਗੋਵਾਲ ਦੇ ਵਿੱਚ ਇਹ ਜਿਹੜਾ ਲੈ ਕੇ ਜਾਵਾਂਗੇ ਕਿ ਜਾਤ ਦੇ ਨਾਂ ਤੇ ਧਰਮ ਦੇ ਨਾਂ ਤੇ ਸਰਕਾਰਾਂ ਸਾਨੂੰ ਪਾੜਨੀਆਂ ਚਾਹੁੰਦੀਆਂ ਨੇ। ਇਸ ਕਰਕੇ ਅੱਜ ਪੰਜਾਬ ਦੇ ਵਿੱਚ ਕੇਂਦਰੀ ਸੁਰੱਖਿਆ ਬਲ ਲਿਆ ਕੇ ਜਣੀ ਪੰਜਾਬ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਾਇਆ ਜਾ ਰਿਹਾ, ਇੱਥੇ ਜਿਹੜੇ ਫਲੈਗ ਮਾਰਚ ਕੀਤੇ ਜਾ ਰਹੇ ਨੇ। ਅਸੀਂ ਕਹਿੰਦੇ ਹਾਂ ਕਿ ਐਡੀ ਵੱਡੀ ਕੋਈ ਵੱਡੀ ਘਟਨਾ ਨਹੀਂ ਹੈ ਜਿਹਦੇ ਕਰਕੇ ਐਡਾ ਮਾਹੌਲ ਦਹਿਸ਼ਤ ਦਾ ਮਾਹੌਲ ਬਣਾਇਆ ਜਾ ਰਿਹਾ। ਉਹਨਾਂ ਸੁਰੱਖਿਆ ਬਲਾਂ ਨੂੰ ਸਰਕਾਰ ਵਾਪਸ ਕਰੇ, ਇੱਥੋਂ ਇੱਥੇ NIA ਜਣੀ ਉਹ ਜਿਹੜੀਆਂ ਇੱਥੇ ਲਿਆਂਦੀਆਂ ਜਾ ਰਹੀਆਂ ਨੇ ਕੰਪਨੀਆਂ, ਉਹਨਾਂ ਨੂੰ ਸਰਕਾਰ ਵਾਪਸ ਕਰੇ। ਇਸ ਕਰਕੇ ਅੱਜ ਦੇ ਇਸ ਸਟੇਜ ਦੇ ਉੱਤੋਂ ਅਸੀਂ ਕੁੱਲ ਲੋਕਾਂ ਨੂੰ ਕੌਮੀ ਮੁਕਤੀ ਲਹਿਰ ਦੇ ਜੋ ਉਹਨਾਂ ਨੇ ਕੌਮੀ ਮੁਕਤੀ ਵਾਸਤੇ ਆ ਜੱਦੋਜਹਿਦ ਕੀਤੀ ਆ, ਇਹ ਲੋਕ ਵੀ ਆਉਣ ਵਾਲੇ ਦਿਨਾਂ 'ਚ ਉਹ ਜੱਦੋਜਹਿਦ ਕਰਕੇ ਕੌਮੀ ਦੀ ਮੁਕਤੀ ਵੱਲ ਅੱਗੇ ਵਧਣਗੇ। ਇਹਨੂੰ CM ਸਾਹਿਬ ਵੱਲੋਂ ਪਿਛਲੀ ਵਾਰ ਵੀ ਅੱਜ ਤੱਕ ਜਿਹੜੇ ਪਿਛਲੀ ਵਾਰ ਕਿਸਾਨਾਂ ਦਾ ਗੜੇਮਾਰੀ ਨਾਲ ਜਾਂ ਮੀਂਹ ਨਾਲ ਹਨੇਰੀ ਝੱਖੜ ਨਾਲ ਨੁਕਸਾਨ ਹੋਇਆ ਉਹਨਾਂ ਦਾ ਮੁਆਵਜ਼ਾ ਨਹੀਂ ਮਿਲਿਆ। ਹੁਣ ਵਾਲਾ ਜਿੰਨਾ ਨੁਕਸਾਨ ਕਿਸਾਨਾਂ ਦਾ ਵੱਡੀ ਪੱਧਰ 'ਤੇ ਹੋਇਆ ਉਹਨਾਂ ਦਾ ਮੁਆਵਜ਼ਾ ਨਹੀਂ ਮਿਲ ਰਿਹਾ। ਇਸ ਕਰਕੇ ਅਸੀਂ ਸਰਕਾਰਾਂ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿਸਾਨਾਂ ਦੀ ਬਾਂਹ ਫੜੇ, ਚਾਹੇ ਪੰਜਾਬ ਸਰਕਾਰ ਆ ਚਾਹੇ ਕੇਂਦਰ ਸਰਕਾਰ ਆ, ਕਿ ਉਹ ਕਿਸਾਨ ਕਰਜ਼ੇ ਪਿੱਛੇ ਪਹਿਲੀ ਡੁੱਬਿਆ ਹੋਇਆ, ਪਹਿਲੀ ਖੁਦਕੁਸ਼ੀਆਂ ਕਰ ਰਿਹਾ। ਇਸ ਕਰਕੇ ਕਿਸਾਨੀ ਦੀ ਬਾਂਹ ਫੜਨ ਦੀ ਜ਼ਰੂਰਤ ਹੈ ਅਤੇ ਕਿਸਾਨਾਂ ਦੀ ਬਾਂਹ ਫੜ ਕੇ ਉਹਨੂੰ ਤੁਰੰਤ ਮੁਆਵਜ਼ਾ ਦੇਣ ਦੀ ਜ਼ਰੂਰਤ ਹੈ। ਭਗਤ ਸਿੰਘ ਦੇ ਸੁਪਨਿਆਂ ਦਾ ਜਿਹੜਾ ਦੇਸ਼ ਹੈ, ਸਟੇਟ ਹੈ, ਉਹ ਕਿਵੇਂ ਬਣ ਸਕਦਾ ਤੁਹਾਡੇ ਮੁਤਾਬਕ? ਸਾਡੇ ਮੁਤਾਬਕ ਜਾਨੀ ਜਿਹੜਾ ਭਗਤ ਸਿੰਘ ਕਹਿ ਕੇ ਗਿਆ ਸੀ ਜਿੰਨਾ ਤੱਕ ਮਨੁੱਖ ਦੇ ਹੱਥੋਂ ਮਨੁੱਖ ਦੀ ਲੁੱਟ ਖਤਮ ਨਹੀਂ ਹੁੰਦੀ ਉਨੀ ਦੇਰ ਤੱਕ ਇੱਥੇ ਅਸਲੀ ਰਾਜ ਆ ਜਿਹੜਾ ਉਹ ਨਹੀਂ ਆ ਸਕਦਾ, ਕਿਉਂਕਿ ਭਗਤ ਸਿੰਘ ਜਿਹੜਾ ਰਾਜ ਚਾਹੁੰਦਾ ਸੀ ਉਹਨਾਂ ਨੇ ਕਿਹਾ ਸੀ ਵੀ ਜਿਹੜੇ ਗੋਰੇ ਆ ਉਹ ਪਰਦੇ ਪਿੱਛੇ ਚਲੇ ਗਏ, ਕਾਲੇ ਅੰਗਰੇਜ਼ ਆ ਜਿਹੜੇ ਉਹ ਅੱਗੇ ਆ ਗਏ। ਅੱਜ ਜਾਨੀ ਸਾਡਾ ਜਿਹੜਾ CM ਆ ਜਿਹੜਾ ਭਗਤ ਸਿੰਘ ਦੇ ਸੁਪਨਿਆਂ ਦੀ ਗੱਲ ਕਰਦਾ ਸੀ, ਅੱਜ ਵੀ ਉਹ ਕਾਲੇ ਅੰਗਰੇਜ਼ਾਂ ਨਾਲ ਮਿਲ ਕੇ ਉਹਨਾਂ ਤੋਂ ਵੱਧ ਦੀਆਂ ਜਿਹੜੀਆਂ ਨੀਤੀਆਂ ਨੇ ਪਾਲਸੀਆਂ ਨੇ ਉਹ ਲਿਆ ਕੇ ਉਹਰੇ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਥੋਪਣ ਲੱਗੇ ਆ। ਇਸ ਕਰਕੇ ਅਸੀਂ ਇਹ ਸਰਕਾਰ ਦਾ ਸਖਤ ਵਿਰੋਧ ਕਰਦੇ ਹਾਂ ਵੀ ਇਹ ਨੀਤੀਆਂ ਵਾਪਸ ਲੈਣ ਅਤੇ ਕਾਰਪੋਰੇਟ ਘਰਾਣਿਆਂ ਨੂੰ ਇੱਥੋਂ ਦਬਲਣ। ਜਿਹੜੀਆਂ ਸੰਗਤਾਂ ਆ ਰਹੀਆਂ ਨੇ ਪੂਰੇ ਜ਼ੋਰਾਂ ਸ਼ੋਰਾਂ ਨਾਲ, ਇੱਕ ਇੱਕ ਪਿੰਡ ਦੇ ਵਿੱਚੋਂ 10-10, 15-15 ਟਰਾਲੀਆਂ ਆ ਰਹੀਆਂ ਨੇ, ਇਸ ਕਰਕੇ ਭਗਤ ਸਿੰਘ ਦੀ ਸੋਚ ਨਾਲ, ਭਗਤ ਸਿੰਘ ਨਾਲ ਤਿੰਨੇ ਸਾਡੇ ਨੌਜਵਾਨ ਨੇ ਜਿਹੜੇ ਇਹ ਦੇਸ਼ ਲਈ ਕੁਰਬਾਨੀਆਂ ਕੀਤੀਆਂ ਨੇ, ਇਹਨਾਂ ਦਾ ਅੰਦਰੋਂ ਹਿਰਦਾ ਮਿਲਿਆ ਹੋਇਆ ਲੋਕਾਂ ਦਾ, ਉਹਦੇ ਨਾਲ ਸਤਿਕਾਰ ਕਰਨ ਆਏ ਨੇ ਲੋਕ, ਵੀ ਉਹਦੀ ਅਸੀਂ ਇਸ ਬਰਸੀ 'ਤੇ ਸ਼ਹੀਦੀ ਦਿਹਾੜੇ 'ਤੇ ਅਸੀਂ ਪੂਰਾ ਜ਼ੋਰਾਂ ਸ਼ੋਰਾਂ ਨਾਲ ਜਾਈਏ। ਭਗਤ ਸਿੰਘ ਚਾਹੁੰਦਾ ਕੀ ਸੀ, ਰਾਜਗੁਰੂ ਚਾਹੁੰਦਾ ਕੀ ਸੀ, ਉਹਨਾਂ ਦੀ ਸੋਚ 'ਤੇ ਆਏ ਨੇ ਲੋਕ ਵੀ ਲੋਕਾਂ ਦੇ ਲਈ ਸਾਰਿਆਂ ਨੂੰ ਇੱਕੋ ਜਿਹਾ ਰੁਤਬਾ ਹੋਵੇ, ਇੱਕੋ ਜਿਹੀ ਉਹ ਹੋਵੇ, ਲੋਕਾਂ ਦਾ ਰੁਜ਼ਗਾਰ ਦਾ ਪ੍ਰਬੰਧ ਹੋਵੇ, ਕਿਹਾ ਜਿਹਾ ਰਾਜ ਚਾਹੀਦਾ ਸੀ ਭਗਤ ਸਿੰਘ ਨੂੰ। ਉਹ ਰਾਜ ਦਾ ਸੁਪਨਾ ਨਹੀਂ ਆਇਆ ਹੈਗਾ ਇੱਥੇ, ਇੱਥੇ ਨਕਲੀ ਆਜ਼ਾਦੀ ਆਈ ਹੈ ਭਗਤ ਸਿੰਘ ਦੀ ਲੜਾਈ ਨਾਲ। ਭਗਤ ਸਿੰਘ ਕੁਛ ਸਮਾਂ ਪਹਿਲਾਂ ਹੀ ਕਹਿ ਗਿਆ ਸੀ, ਜਿਹੜੀ ਕਿਤਾਬ ਦਾ ਪੰਨਾ ਮੋੜ ਕੇ ਗਿਆ ਸੀ ਨੌਜਵਾਨਾਂ ਨੂੰ, ਕਹਿ ਦੀ ਵੀ ਪੜ੍ਹਿਓ, ਮੇਰੇ ਤੋਂ ਬਾਅਦ ਮੇਰੀ ਲੜਾਈ ਨਾਲ ਅੰਗਰੇਜ਼ ਚਲੇ ਜਾਣਗੇ, ਪਰ ਇੱਥੇ ਆਜ਼ਾਦੀ ਜੁਦੀ ਨਹੀਂ ਆਉਣੀ, ਨਕਲੀ ਆਜ਼ਾਦੀ ਆਊਗੀ। ਪਰ ਉਹ ਆਜ਼ਾਦੀ ਦੀ ਗੱਲ ਸਾਡੇ ਨੌਜਵਾਨਾਂ ਦੇ ਸਿਰ ਧਰ ਕੇ ਗਏ, ਉਹ ਨੌਜਵਾਨਾਂ ਨੇ ਉਹ ਕਿਤਾਬ ਦਾ ਪੰਨਾ ਮੋੜਿਆ। ਇਸ ਕਰਕੇ ਇੱਥੇ ਹਕੂਮਤਾਂ ਵੀ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾ ਰਹੀਆਂ ਨੇ, ਉਹ ਉਹਨਾਂ ਦੀ ਨਕਲ ਹੈ, ਉਹ ਇੱਕ ਪੱਗਾਂ ਦਾ ਜ਼ਰੂਰ ਬਣ ਸਕਦੇ ਨੇ ਇਹ, ਪਰ ਇਨਕਲਾਬ ਦਾ ਨਾਰਾ ਵੀ ਬੋਲ ਲੈਂਦੇ ਨੇ। ਸਾਮਰਾਜ ਦੇ ਖਿਲਾਫ਼ ਨਹੀਂ ਬੋਲਦੇ ਕਿ ਵੀ ਸਾਮਰਾਜ ਮੁਰਦਾਬਾਦ, ਕਿਉਂਕਿ ਸਾਮਰਾਜ ਨੂੰ ਤਾਂ ਬੁਲਾਇਆ ਗਿਆ ਉਰੇ, ਆਹ 20 ਮੁਲਕਾਂ ਦੀ ਮੀਟਿੰਗ ਹੋਈ ਹੈ ਜਿਹੜੀ ਸਾਡੇ ਬੁਲਾਰੇ ਗੱਲ ਕਰਕੇ ਗਏ ਨੇ ਵੀ ਇੰਨੀ ਸੁਰੱਖਿਆ ਜੀ, 18 ਕੰਪਨੀਆਂ ਦੀ ਇੱਥੇ ਪੰਜਾਬ ਦੇ ਉੱਤੇ ਭਾਰ ਪਾਇਆ ਜਾਂਦਾ, ਇਹਦੀ ਕੀ ਲੋੜ ਪਏਗੀ ਐਡੀ ਵੱਡੀ? ਜੇ ਛੋਟੀਆਂ ਮੋਟੀਆਂ ਕੋਈ ਘਟਨਾ ਨੇ, ਇਹ ਹੁੰਦੀਆਂ ਹੁੰਦੀਆਂ ਨੇ,
पर यह पंजाब की फोर्स ही सामभ सकती थी। ये पंजाब उत्ते वाधू बजंत्र है, यह लुट्टण का धंधा।